ਸੋਚ ਸੰਗਮ ਸਭਾ ਇਟਲੀ ਵੱਲੋਂ ਬ੍ਰੇਸ਼ੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਰਪੀ ਪੰਜਾਬੀ ਕਾਨਫਰੰਸ 2018 ਤੇ 19 ਪਹਿਲੇ ਸਤੰਬਰ ਨੂੰ ਕਰਵਾਈ ਜਾ ਰਹੀ ਹੈ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਰਾਣਾ ਅਠੋਲਾ, ਰਾਜੂ ਹਠੂਰੀਆ, ਸੁਖਰਾਜ ਬਰਾੜ, ਬਿੰਦਰ ਕੋਲਿਆਵਾਲੀ, ਦਲਜਿੰਦਰ ਰੀਹਲ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਟਲੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਬੱਚਿਆਂ ਦੇ ਪੰਜਾਬੀ ਦੇ ਇਮਤਿਹਾਨ ਲਏ ਜਾ ਰਹੇ ਨੇ, ਜਿਸ ਉਪਰੰਤ ਜੇਤੂ ਬੱਚਿਆਂ ਨੂੰ ਸਭਾ ਵੱਲੋਂ ਕਾਨਫਰੰਸ ਦੌਰਾਨ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਏਗਾ। ਕਾਨਫਰੰਸ ਵਿੱਚ ਜਿੱਥੇ ਮੁੱਖ ਮਹਿਮਾਨ ਵਜੋਂ ਪੰਜਾਬ ਭਵਨ ਕੈਨੇਡਾ ਤੋਂ ਸੁਖੀ ਬਾਟ ਪਹੁੰਚ ਰਹੇ ਨੇ, ਉੱਥੇ ਹੀ ਮੋਟਾ ਸਿੰਘ ਸਰਾਏ UK, ਪ੍ਰਕਾਸ਼ ਸੋਹਲ UK, ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਕੇਅਰ ਸ਼ਰੀਫ ਜਰਮਨੀ, ਕੁਲਵੰਤ ਕੌਰ ਢਿੱਲੋਂ UK, ਇਟਲੀ ਦੇ ਹਰਵਿੰਦਰ ਸਿੰਘ ਧਾਲੀਵਾਲ ਤੇ ਪਰਮਪਾਲ ਸਿੰਘ ਜਟਾਨਾ ਕਾਨਫਰੰਸ ਵਿੱਚ ਹਿੱਸਾ ਲੈਣਗੇ।